ਜਿਹੜਾ ਲੋਕਡਾਊਨ ਹੋਏ ਨੂੰ ਸਾਨੂੰ ਕਹਿ ਰਹੇ ਆ ਪਰਚੀਆਂ ਲੈ ਲੈਂਦੇ, ਨਾਮ ਲਿਖ ਲੈਂਦੇ ਆਧਾਰ ਕਾਰਡ, ਜਿੱਥੇ ਕਹਿ ਰਹੇ ਉੱਥੇ ਹੀ ਆਧਾਰ ਕਾਰਡ ਲੈ ਕੇ ਜਾ ਰਹੇ ਆ, ਪਰ ਸਾਨੂੰ ਹੁਣ ਤੱਕ ਰਾਸ਼ਨ ਨਹੀਂ ਸਾਡੇ ਮੁਹੱਲੇ 'ਚ ਕਿਤੇ ਵੀ ਨਹੀਂ ਆਇਆ। ਸਾਨੂੰ ਤਾਂ ਭੁੱਖਮਰੀ ਨੇ ਪਹਿਲਾਂ ਮਾਰ ਦੇਣਾ, ਕਰੋਨਾ ਨੇ ਤਾਂ ਚਲੋ ਬਾਅਦ 'ਚੋਂ ਮਾਰਨਾ ਵਾ। ਅਸੀਂ 3 ਨੰਬਰ ਜ਼ੋਨ 'ਚ ਇੰਨਾ ਖੱਪ ਕੇ ਸਾਨੂੰ 1.5-2 ਘੰਟੇ ਉਹਨਾਂ ਨੇ ਬਿਠਾਇਆ ਪਾਗਲਾਂ ਵਾਂਗ, ਮੁੜ ਕੇ ਇਹ ਨੰਬਰ ਦੇ ਦਿੱਤਾ ਸਾਨੂੰ ਇੱਥੇ ਜਾਓ। ਸਾਨੂੰ ਤਾਂ ਐਡਰੈਸ ਵੀ ਨਹੀਂ ਪਤਾ ਕੋਟ ਮੰਗਲ ਸਿੰਘ ਕਿੱਥੇ ਹੈਗਾ ਵਾ। ਰਿਕਸ਼ੇ ਵਿੱਚ 2 ਔਰਤਾਂ ਨੂੰ ਬਿਠਾ ਕੇ ਸੜਕ 'ਤੇ ਘੁੰਮ ਰਹੀ ਔਰਤ ਨਾ ਤਾਂ ਸ਼ੌਂਕ ਲਈ ਘਰੋਂ ਬਾਹਰ ਨਿਕਲੀ ਹੈ ਅਤੇ ਨਾ ਹੀ ਮਜ਼ਦੂਰੀ ਕਮਾਉਣ ਲਈ, ਸਗੋਂ ਇਹ ਔਰਤ ਆਪਣੀ ਗਰਭਵਤੀ ਭਾਬੀ ਦੇ ਨਾਲ ਸਰਕਾਰੀ ਰਾਸ਼ਨ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਮਜਬੂਰੀ ਅਜਿਹੀ ਬਣ ਗਈ ਹੈ ਕਿ ਉਸ ਨੂੰ ਕਰਫਿਊ ਦੌਰਾਨ ਰਿਕਸ਼ਾ ਲੈ ਕੇ ਇੱਕ ਅਜਿਹੇ ਇਲਾਕੇ ਦੀ ਤਲਾਸ਼ ਵਿੱਚ ਨਿਕਲਣਾ ਪਿਆ ਜਿੱਥੇ ਉਸ ਨੂੰ ਰਾਸ਼ਨ ਮਿਲਣ ਦੀ ਆਸ ਬੱਝੀ ਹੈ, ਪਰ ਉਹ ਇਸ ਇਲਾਕੇ ਦਾ ਰਾਹ ਤੱਕ ਵੀ ਨਹੀਂ ਜਾਣਦੀ। ਪੀੜਤ ਔਰਤ ਮੁਤਾਬਕ ਉਸਦਾ ਪਤੀ ਪਹਿਲਾਂ ਹੀ ਲੋਕਡਾਊਨ ਕਾਰਨ ਮਜ਼ਦੂਰੀ ਕਰਨ ਗਿਆ ਕਿਸੇ ਹੋਰ ਸ਼ਹਿਰ ਵਿੱਚ ਫਸਿਆ ਹੋਇਆ ਅਤੇ ਪਿਤਾ ਦੀ ਮੌਤ ਹੋਣ ਕਾਰਨ ਘਰ ਵਿੱਚ ਹੁਣ ਭੁੱਖਮਰੀ ਛਾ ਗਈ ਹੈ। ਮੇਰਾ ਨਾਮ ਭਾਵਨਾ, ਅਸੀਂ ਗੁਰੂ ਰਾਮਦਾਸ ਨਗਰ ਗਲਵਾਰੀ ਗੇਟ ਵਾਰਡ ਨੰਬਰ 65। ਕੀ ਹੋਇਆ ਤੁਹਾਨੂੰ ਰਿਕਸ਼ਾ ਚਲਾ ਕੇ ਪਰਿਵਾਰ ਨੂੰ ਲੈ ਕੇ ਆਉਣਾ ਪੈ ਰਿਹਾ? ਸਰ ਸਾਨੂੰ ਰਾਸ਼ਨ ਨਹੀਂ ਗਾ ਹੁਣ ਸਾਡੇ ਘਰ, ਮਹੀਨਾ ਹੋ ਗਿਆ ਲੋਕਡਾਊਨ ਹੋਏ ਨੂੰ, ਸਾਨੂੰ ਕਹਿ ਰਹੇ ਆ ਪਰਚੀਆਂ ਲੈ ਲੈਂਦੇ, ਨਾਮ ਲਿਖ ਲੈਂਦੇ ਆਧਾਰ ਕਾਰਡ, ਜਿੱਥੇ ਕਹਿ ਰਹੇ ਉੱਥੇ ਹੀ ਆਧਾਰ ਕਾਰਡ ਲੈ ਕੇ ਜਾ ਰਹੇ ਆ, ਪਰ ਸਾਨੂੰ ਹੁਣ ਤੱਕ ਰਾਸ਼ਨ ਨਹੀਂ ਸਾਡੇ ਮੁਹੱਲੇ 'ਚ ਕਿਤੇ ਵੀ ਨਹੀਂ ਆਇਆ। ਅਤੇ ਕੀ ਤੁਹਾਡੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹਨਾਂ ਨੂੰ ਕੀ ਹੋਇਆ? ਸਾਡੇ ਪਰਿਵਾਰਿਕ ਮੈਂ ਮੇਰੇ ਪਾਪਾ ਹੈ ਨਹੀਂ ਸਿਰ 'ਤੇ, ਮੰਮੀ ਮੇਰੇ ਹੈਗੇ ਆ, ਮੇਰੀ ਮੰਮੀ ਹੈਗੇ ਆ, ਉਹ ਬਜ਼ੁਰਗ ਸਰੀਰ ਆ, ਉਹ ਕੰਮ ਕੁੰਮ ਨਹੀਂ ਕਰ ਸਕਦੇ। 2 ਮੇਰੇ ਬੱਚੇ ਆ, ਹਸਬੈਂਡ ਮੇਰਾ ਦਿਹਾੜੀਦਾਰ ਹੈਗਾ ਵਾ, ਉਹ ਬਾਹਰ ਫਸਿਆ ਹੋਇਆ ਕਿਤੇ ਲੋਕਡਾਊਨ 'ਚ। ਪੀੜਤ ਔਰਤ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਰਾਸ਼ਨ ਦੇਣ ਲਈ ਕਈ ਵਾਰ ਉਹਨਾਂ ਦੇ ਨਾਮ ਨੰਬਰ ਲਿਖ ਲਏ ਗਏ, ਪਰ ਮਹੀਨਾ ਬੀਤ ਜਾਣ ਦੇ ਬਾਅਦ ਵੀ ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚਿਆ। ਉਹਨਾਂ ਦੋਸ਼ ਲਾਇਆ ਕਿ ਜਿੱਥੇ ਉਹ ਰਾਸ਼ਨ ਲਈ ਪਹੁੰਚਦੇ ਨੇ ਉੱਥੇ ਹੀ ਉਹਨਾਂ ਨੂੰ ਅੱਗੇ ਦਾ ਫੋਨ ਨੰਬਰ ਜਾਂ ਫਿਰ ਐਡਰੈਸ ਦੇ ਕੇ ਟਾਲ ਮਟੋਲ ਕਰ ਦਿੱਤੀ ਜਾਂਦੀ ਹੈ। ਹੁਣ ਅਸੀਂ ਦੱਸੋ ਕੀ ਕਰੀਏ, ਸਾਨੂੰ ਤਾਂ ਭੁੱਖਮਰੀ ਨੇ ਪਹਿਲਾਂ ਮਾਰ ਦੇਣਾ, ਕਰੋਨਾ ਨੇ ਤਾਂ ਚਲੋ ਬਾਅਦ 'ਚੋਂ ਮਾਰਨਾ ਵਾ, ਜਿੱਥੇ ਜਾ ਰਹੇ ਉੱਥੇ ਹੀ ਜੀ, ਹਾਲੇ ਤੁਹਾਡਾ ਨੰਬਰ ਨਹੀਂ ਆਇਆ, ਹਾਲੇ ਰਾਸ਼ਨ ਨਹੀਂ ਗਾ, ਇਸ ਤਰ੍ਹਾਂ ਹੀ ਕਰੀ ਜਾ ਰਹੇ। ਹੁਣ ਅਸੀਂ ਦੱਸੋ ਕੀ ਕਰੀਏ, ਅਸੀਂ 3 ਨੰਬਰ ਜ਼ੋਨ 'ਚ ਇੰਨਾ ਖੱਪ ਕੇ ਸਾਨੂੰ 1.5-2 ਘੰਟੇ ਉਹਨਾਂ ਨੇ ਬਿਠਾਇਆ ਪਾਗਲਾਂ ਵਾਂਗ, ਮੁੜ ਕੇ ਇਹ ਨੰਬਰ ਦੇ ਦਿੱਤਾ ਸਾਨੂੰ ਇੱਥੇ ਜਾਓ। ਇਹ ਨੰਬਰ 'ਤੇ ਮੈਂ ਫੋਨ ਕੀਤਾ ਵਾ, ਇਹ ਨੰਬਰ 'ਤੇ ਮੈਂ ਫੋਨ ਕੀਤਾ, ਸਾਨੂੰ ਕਹਿੰਦੇ ਕੋਟ ਮੰਗਲ ਸਿੰਘ ਆ ਜਾਓ, 1 ਨੰਬਰ ਗਲੀ 'ਤੇ। ਹੁਣ ਸਾਡੇ ਕੋਲ ਉੱਥੇ ਕੋਈ ਜਾਣ ਦਾ ਸਾਧਨ ਨਹੀਂ ਗਾ, ਇਸ ਕਰਕੇ ਮੈਨੂੰ ਰਿਸ਼ਕਾ ਦਿਖਿਆ, ਨਾਲ ਇੱਕ ਮੇਰੇ ਪ੍ਰੈਗਨੈਂਟ ਲੇਡੀ ਭਾਬੀ ਲੱਗਦੇ ਮੇਰੇ ਗਲੀ ਗੁਆਂਢ 'ਚ ਹੀ ਆ, ਅਸੀਂ ਇਹਨਾਂ ਨੂੰ ਨਾ, ਮੈਂ ਕਿਹਾ ਤੁਸੀਂ ਬੈਠੋ, ਉਹਨੂੰ ਰਿਸ਼ਕਾ ਦਿਖਿਆ, ਇਹ 'ਚ ਆਪਾਂ ਜਾਂਦੇ ਹਾਂ, ਪੁੱਛ ਪੁੱਛ ਕੇ ਚੱਲ ਜਾਂਗੇ, ਸਾਨੂੰ ਐਡਰੈਸ ਵੀ ਨਹੀਂ ਪਤਾ ਕੋਟ ਮੰਗਲ ਸਿੰਘ ਕਿੱਥੇ ਹੈਗਾ ਵਾ। ਇਹ ਤਾਂ ਨਹੀਂ ਹੋਵੇਗਾ ਕਿ ਸਰਕਾਰੀ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਕੇ ਸਭ ਨੂੰ ਰਾਸ਼ਨ ਵੰਡਿਆ ਗਿਆ ਹੋਵੇ, ਜਾਂ ਹਰ ਇੱਕ ਨੂੰ ਫੋਨ ਕਰਕੇ ਐਮਰਜੈਂਸੀ ਨੰਬਰਾਂ ਤੋਂ ਰਾਸ਼ਨ ਜਾਂ ਹੋਰ ਜ਼ਰੂਰੀ ਵਸਤਾਂ ਮੰਗਵਾਉਣੀਆਂ ਆਉਂਦੀਆਂ ਹੋਣ, ਜਿਸ ਕਾਰਨ ਕਈ ਅਸਲ ਜ਼ਰੂਰਤਮੰਦ ਇਸੇ ਤਰ੍ਹਾਂ ਭੁੱਖਣ ਭਾਣੇ ਦਿਨ ਕੱਟੀਆਂ ਕਰਨ ਲਈ ਮਜਬੂਰ ਹੋਣਗੇ। ਸਰਕਾਰ ਦਾਅਵੇ ਕਰਦੀ ਹੈ ਠੀਕ ਹੈ ਸਰਕਾਰ ਵੱਲੋਂ ਰਾਸ਼ਨ ਦਿੱਤਾ ਜਾ ਰਿਹਾ, ਪਰ ਹੇਠਲੇ ਪੱਧਰ 'ਤੇ ਰਾਸ਼ਨ ਦੀ ਵੰਡ ਵਿੱਚ ਕਾਣੀ ਵੰਡ ਦੇ ਦੋਸ਼ ਵੀ ਨਾਲੋ ਨਾਲ ਲੱਗ ਹੀ ਰਹੇ ਨੇ, ਜਿਸ ਕਾਰਨ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਜਿਹੇ ਮਾਮਲੇ ਵਿੱਚ ਖੁਦ ਦਖਲ ਦੇ ਕੇ ਪਹਿਲਾਂ ਤਾਂ ਅਸਲ ਲੋੜਵੰਦਾਂ ਤੱਕ ਰਾਸ਼ਨ ਪੁੱਜਦਾ ਕਰਨਾ ਚਾਹੀਦਾ ਅਤੇ ਫਿਰ ਦੋਸ਼ੀਆਂ ਖਿਲਾਫ਼ ਕਾਰਵਾਈ ਵੀ ਜ਼ਰੂਰ ਕਰਨੀ ਬਣਦੀ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।